ਸਰੋਵਾ ਫਿਲਮਸ ਅਤੇ ਚੈਂਪੀਅਨ ਰਿਕਾਰਡਸ MTL ਲੈ ਕੇ ਆਏ ਹਨ ਗਾਇਕ ਮਨੂ ਕਨੇਡਾ ਦੀ ਆਵਾਜ਼ ਵਿੱਚ ਸ਼ਾਨਦਾਰ ਗੀਤ ਫਸਟ ਲੁੱਕ, ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ ਵਿੱਚ ਹੈ। ਗੀਤ ਫਸਟ ਲੁੱਕ ਦਾ ਪੋਸਟਰ ਲਾਇਲਪੁਰ ਖਾਲਸਾ ਕਾਲਜ ਫਾਰ ਵੁਮੈਨ ਜਲੰਧਰ ਵਿਖੇ ਰਿਲੀਜ਼ ਕੀਤਾ ਗਿਆ। ਪੋਸਟਰ ਰਿਲੀਜ਼ ਦੇ ਪ੍ਰੋਡਿਊਸਰ ਰਵਿੰਦਰ ਸਿੰਘ ਸਰੋਵਾ, ਐਡਵੋਕੇਟ ਵਿਕਰਾਂਤ ਰਾਣਾ, ਪੰਜਾਬੀ ਮੇਲ ਮਾਡਲ ਅਤੇ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ। ਕਾਲਜ ਦੇ ਵਿਦਿਆਰਥੀਆਂ ਨੇ ਗਾਇਕ ਮਨੂ ਨੂੰ ਗੀਤ ਲਈ ਬੈਸਟ ਆਫ ਲੱਕ ਵੀ ਕਿਹਾ। ਜਲੰਧਰ ਤੋਂ ਪਰਮਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਰਾਣਾ ਵਿਕਰਾਂਤ। ਮੈਂ ਇਸ ਇੰਡਸਟਰੀ ਦੇ ਵਿੱਚ 2020 'ਚ ਆਇਆ ਸੀਗਾ ਅਤੇ ਮੇਰੇ 7 ਸਕਸੈਸਫੁਲ ਗਾਣੇ ਰਿਲੀਜ਼ ਹੋਏ ਨੇ ਸਪੀਡ ਰੈਕਰਡਸ 'ਚ ਜਾ ਰਹੀਆਂ, ਅਤੇ ਉਸ ਤੋਂ ਮਗਰੋਂ ਰਿਲੀਜ਼ ਹੋਇਆ ਸੀ ਸਾਡਾ ਵਾਈਟ ਹਿੱਲ ਮਿਊਜ਼ਿਕ ਅਤੇ ਡੈੱਡ ਰੋਡਸ। ਅਤੇ ਅੱਜ ਸਾਡੇ ਬੜੇ ਅਜ਼ੀਜ਼ ਦੋਸਤ ਮਨੂ, ਜੋ ਕਿ ਫਸਟ ਲੁੱਕ ਗਾਣਾ ਰਿਲੀਜ਼ ਹੋਇਆ ਚੈਂਪੀਅਨ ਰਿਕਾਰਡਸ ਅਤੇ ਸਰੋਵਾ ਫਿਲਮ ਦੇ ਬੈਨਰ ਦੇ ਹੇਠ, ਅਤੇ ਬਹੁਤ ਸੁੰਦਰ ਗਾਣਾ ਹੈ, ਬੜੀ ਅੱਛੀ ਸਿਨੇਮੈਟੋਗ੍ਰਾਫੀ ਹੈ। ਔਰ ਸਾਨੂੰ ਲੱਕੀਲੀ ਖਾਲਸਾ ਕਾਲਜ ਫਾਰ ਵੁਮੈਨ ਆਏ ਹਾਂ ਅਤੇ ਇੱਥੇ ਇੱਕ ਪ੍ਰੋਗਰਾਮ ਦੌਰਾਨ ਸਾਨੂੰ ਰਿਲੀਜ਼ ਦਾ ਪੋਸਟਰ ਕਰਨ ਦਾ ਮੌਕਾ ਮਿਲਿਆ, ਅਤੇ ਮੈਂ ਇੱਥੇ ਦੇ ਸਟਾਫ ਦਾ, ਮੈਨੇਜਮੈਂਟ ਦਾ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਅਪੋਰਚੁਨਿਟੀ ਦਿੱਤੀ ਹੈ, ਅਤੇ ਮੈਡਮ ਰਾਜਵੰਤ ਜੀ ਦਾ ਅਤੇ ਮੈਡਮ ਕੁਲਦੀਪ ਜੀ ਦਾ ਹਾਰਦਿਕ ਦਿਲੋਂ ਧੰਨਵਾਦ ਕਰਦਾ, ਅਤੇ ਸਾਰੇ ਗਿੱਧੇ ਦੀ ਟੀਮ ਦਾ। ਤੁਸੀਂ ਦੇਖ ਰਹੇ ਹੋ ਕਿ ਬੜੇ ਸੁੰਦਰ ਅਟਾਇਰ ਦੇ ਵਿੱਚ ਗਰਲਸ ਖੜੀਆਂ, ਐਂਡ ਇਟ ਇਜ਼ ਐਨ ਓਨਰ ਫੋਰ ਅਸ ਕਿ ਸਾਡਾ ਜਿਹੜਾ ਦੇਸ਼ ਦਾ ਭਵਿੱਖ ਵੀ ਫੀਮੇਲਸ ਜਾਂ ਲੇਡੀਜ਼ ਦੇ ਹੱਥ 'ਚ ਹੈ। ਕਹਿਣ ਦਾ ਭਾਵ ਹੈ ਕਿ ਬੇਟੀ ਬਚਾਓ ਦੇਸ਼ ਬਚਾਓ ਦੇ ਕਈ ਨਾਰੇ ਲੱਗਦੇ ਨੇ, ਬਟ ਇਟ ਇਜ਼ ਐਨ ਪ੍ਰਿਵਲੇਜ ਫੋਰ ਅਸ ਕਿ ਅਸੀਂ ਸਾਰੀਆਂ ਗਿੱਧੇ ਦੇ ਅਟਾਇਰ 'ਚ ਫੀਮੇਲਸ ਦੇ ਕੋਲੋਂ ਇਹ ਪੋਸਟਰ ਲਾਂਚ ਕਰਾ ਰਹੇ ਹਾਂ। ਅਤੇ ਆਈ ਰਿਕੁਐਸਟ ਆਲ ਦਾ ਆਡੀਅੰਸ ਕਿ ਤੁਸੀਂ ਇੱਕ ਵਾਰੀ ਇਹ ਗਾਣਾ ਜ਼ਰੂਰ ਸੁਣੀਓ, ਔਰ ਯਕੀਨ ਕਰੀਓ ਦੂਸਰੀ ਵਾਰੀ ਤੁਸੀਂ ਆਪ ਇਹਨੂੰ ਸੁਣੋਗੇ। ਅਤੇ ਮੈਂ ਇਹਦੇ ਨਾਲ ਨਾਲ ਮੇਰੇ ਨਾਲ ਰਵਿੰਦਰ ਸਿੰਘ ਸਰੋਵਾ ਜੀ ਆਏ ਨੇ, ਜੋ ਕਿ ਸਰੋਵਾ ਫਿਲਮਸ ਦੇ ਸਰੋਵਾ ਫਿਲਮਸ ਪ੍ਰੋਡਿਊਸਰਸ ਨੇ, ਅਤੇ ਮੈਂ ਇਹਨਾਂ ਦਾ ਵੀ ਧੰਨਵਾਦ ਕਰਦਾ ਵਾਂ। ਅਤੇ ਮਨੂ ਫਸਟ ਲੁੱਕ ਚੈਂਪੀਅਨ ਰਿਕਾਰਡਸ ਯੂਟਿਊਬ ਆਫੀਸ਼ੀਅਲ ਚੈਨਲ 'ਤੇ ਇਹ ਲਾਂਚ ਹੈ, ਤੁਸੀਂ ਸਿੰਪਲ ਫਸਟ ਲੁੱਕ ਮਨੂ ਰਿਕਾਰਡਸ ਜਾਂ ਮਨੂ ਲਿਖ ਕੇ ਸਰਚ ਕਰੋਗੇ, ਗਾਣਾ ਆ ਜਾਏਗਾ ਤੁਹਾਡੇ।